ओम शांति ਅੱਜ 11 11 2023 ਦੀ ਬਣੇ ਹੈ। ਬਾਬਾ ਆਖਦੇ ਨੇ ਮਿੱਠੇ ਬੱਚੇ ਜਿੰਨਾ ਤੁਸੀਂ ਬਾਪ ਨੂੰ ਯਾਦ ਕਰੋਗੇ ਉਨਾ ਤੁਹਾਡੇ ਬੁੱਧੀ ਦਾ ਤਾਲਾ ਖੁੱਲੇਗਾ। ਜਿਨ੍ਹਾਂ ਨੂੰ ਘੜੇ-ਘੜੇ ਬਾਪ ਦੀ ਯਾਦ ਭੁੱਲ ਜਾਂਦੀ ਹੈ ਉਹ ਹੈ ਅਨਲੱਕੀ ਬੱਚੇ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ ਖਾਤਾ ਜਮਾ ਕਰਨ ਦਾ ਆਧਾਰ ਕੀ ਹੈ? ਸਭ ਤੋਂ ਵੱਡੀ ਕਮਾਈ ਕਿਸ ਵਿੱਚ ਹੈ? ਅੱਜ ਬਾਬਾ ਦਾ ਉੱਤਰ ਹੈ ਖੱਤਾ ਜਮਾ ਹੁੰਦਾ ਹੈ দান ਕਰਨ ਨਾਲ ਜਿੰਨਾ ਤੁਸੀਂ ਦੂਸਰਿਆਂ ਨੂੰ ਬਾਪ ਦਾ ਪ੍ਰਿਅਤਿਆ ਦਿਓਗੇ ਉਹਨਾਂ ਆਮਦਨੀ ਵਿਧੀ ਨੂੰ ਪੌਂਦੀ ਜਾਏਗੀ ਮੁਰਲੀ ਨਾਲ ਤੁਹਾਡੀ ਬਹੁਤ ਵੱਡੀ ਕਮਾਈ ਹੁੰਦੀ ਹੈ ਇਹ ਮੁਰਲੀ ਸਾਬਰੇ ਤੋਂ ਗੋਰਾ ਬਣਾਉਣ ਵਾਲੀ ਹੈ ਮੁਰਲੀ ਵਿੱਚ ਹੀ ਖੁਦਾਈ ਜਾਦੂ ਹੈ ਮੁਰਲੀ ਨਾਲ ਹੀ ਤੁਸੀਂ ਮਾਲਾ ਮਾਲ ਬੰਦੇ ਹੋ ਗੀਤਾ ਹਮੇ ਉਨਾ ਰਹਾ ਪੇ ਚਲਣਾ ਹੈ ਜਹਾਂ ਗਿਰਨਾ ਔਰ ਸੰਭਲਣਾ ਹੈ ਓਮ ਸ਼ਾਂਤੀ ਰੋਹਾਨੀ ਬਾਪ ਸਮਝਾ ਰਹੇ ਹੈ ਬੱਚਿਆਂ ਨੂੰ ਕਿ ਬੱਚੇ ਡਿਗਣਾ ਅਤੇ ਸੰਭਲਣਾ ਹੈ ਤੁਸੀਂ ਘੜੀ ਘੜੀ ਬਾਪ ਨੂੰ ਭੁੱਲਦੇ ਹੈ ਮਤਲਬ ਡਿਗਦੇ ਹੈ ਯਾਦ ਕਰਦੇ ਹੈ ਤਾਂ ਸੰਭਲਦੇ ਹੈ ਮਾਇਆ ਬਾਪ ਦੀ ਯਾਦ ਭੁਲਾ ਦਿੰਦੀ ਹੈ ਕਿਉਂਕਿ ਨਵੀਂ ਗੱਲ ਹੈ ਨਾ ਉਮੇ ਤਾਂ ਕੋਈ ਬਾਪ ਨੂੰ ਕਦੀ ਭੁੱਲਦੇ ਨਹੀਂ ਇਸ ਤਰੀ ਕਦੀ ਆਪਣੇ ਪਤੀ ਨੂੰ ਭੁੱਲਦੀ ਨਹੀਂ ਸਗਾਈ ਹੋਈ ਤੇ ਬੁੱਧੀ ਜੋਗ ਲਟਕਿਆ ਭੁੱਲਣ ਦੀ ਗੱਲ ਨਹੀਂ ਹੁੰਦੀ ਪਤੀ ਪਤੀ ਹੈ ਬਾਪ ਬਾਪ ਹੈ ਹੁਣ ਇਹ ਤਾਂ ਹੈ ਨਿਰਾਕਾਰ ਬਾਪ ਜਿਸ ਨੂੰ ਸਾਜਨ ਵੀ ਕਹਿੰਦੇ ਹੈ ਸਜਣੀ ਕਿਹਾ ਜਾਂਦਾ ਹੈ ਭਗਤਾਂ ਨੂੰ ਇਸ ਸਮੇ ਸਭ ਹੈ ਭਗਤ ਭਗਵਾਨ ਇੱਕ ਹੈ ਭਗਤਾਂ ਨੂੰ ਸਜਨੀਆਂ ਭਗਵਾਨ ਨੂੰ 사ਜਨ ਅਤੇ ਭਗਤਾਂ ਨੂੰ ਬਲਕ ਭਗਵਾਨ ਨੂੰ ਬਾਪ ਕਿਹਾ ਜਾਂਦਾ ਹੈ ਮੋਰ ਪਤਿਆਂ ਦਾ ਪਤੀ ਅਤੇ ਪਿਤਾਮਾ ਦਾ ਪਿਤਾ ਉਹ ਇੱਕ ਹੈ ਹਰ ਇੱਕ ਆਤਮਾ ਦਾ ਬਾਪ ਪਰਮਾਤਮਾ ਤੇ ਹੈ ਹੀ ਉਹ ਲੋਕਿਕ ਬਾਪ ਹਰ ਇੱਕ ਦਾ ਵੱਖ-ਵੱਖ ਹੈ ਇਹ ਪਰਲੋਕਿਕ ਪਰਮ ਪਿਤਾ ਸਭ ਆਤਮਾਵਾਂ ਦਾ ਬਾਪ ਇੱਕ ਹੀ ਗੋਡਫਾਦਰ ਹੈ ਉਹਨਾਂ ਦਾ ਨਾਮ ਹੈ ਸ਼ਿਵ ਬਾਬਾ ਸਿਰਫ ਗੋਡਫਾਦਰ ਮਾਊਂਟ ਆਬੂ ਲਿਖਣ ਨਾਲ ਚਿੱਠੀ ਪਹੁੰਚੇਗੀ ਨਾਮ ਤੇ ਲਿਖਣਾ ਪਏ ਨਾ ਇਹ ਤਾਂ ਬੇਹਦਾ ਬਾਪ ਹੈ ਉਹਨਾਂ ਦਾ ਨਾਮ ਹੈ ਸ਼ਿਵ शिव काशी ਕਹਿੰਦੇ ਹੈ ਨਾ ਉੱਥੇ ਸ਼ਿਵ ਦਾ ਮੰਦਿਰ ਹੈ ਜਰੂਰ ਉੱਥੇ ਵੀ ਗਏ ਹੋਣਗੇ ਦਿਖਾਉਂਦੇ ਹੈ ਨਾ ਰਾਮ ਇੱਥੇ ਗਿਆ ਉੱਥੇ ਗਿਆ ਗਾਂਧੀ ਇੱਥੇ ਗਿਆ ਤਾਂ ਬਰੋਬਰ ਸ਼ਿਵ 바ਵਾ ਦਾ ਵੀ ਚਿੱਤਰ ਹੈ ਪਰ ਉਹ ਤਾਂ ਹੈ ਨੀਰਾਕਾਰ ਉਹਨਾਂ ਨੂੰ ਫਾਦਰ ਕਿਹਾ ਜਾਂਦਾ ਹੈ ਹੋਰ ਕਿਸੇ ਨੂੰ ਸਬਦਾ ਫਾਦਰ ਕਹਿ ਨਹੀਂ ਸਕਦੇ ਬ੍ਰਹਮਾ ਵਿਸ਼ਨੂੰ ਸ਼ੰਕਰ ਦਾ ਵੀ ਉਹ ਫਾਦਰ ਹੈ ਉਹਨਾਂ ਦਾ ਨਾਮ ਹੈ ਸ਼ਿਵ ਕਾਸ਼ੀ ਵਿੱਚ ਵੀ ਮੰਦਿਰ ਹੈ ਉਜੈਨ ਵਿੱਚ ਵੀ ਮੰਦਿਰ ਹੈ ਇੰਨੇ ਮੰਦਿਰ ਕਿਉਂ ਬਣੇ ਹੈ ਕੋਈ ਵੀ ਨਹੀਂ ਜਾਣਦੇ ਜਿਵੇਂ ਲక్ష్ਮੀ ਨਾਰਾਇਣ ਦੀ ਪੂਜਾ ਕਰਦੇ ਹੈ ਕਹਿੰਦੇ ਹੈ ਇਸ ਵਰਗ ਦੇ ਮਾਲਿਕ ਸੀ ਉਸ ਵਰਗ ਕਦੋਂ ਸੀ ਇਹ ਮਾਲਿਕ ਕਿਵੇਂ ਬਣੇ ਇਹ ਕੋਈ ਨਹੀਂ ਜਾਣਦੇ ਪੁਜਾਰੀ ਜਿਸ ਦੀ ਪੂਜਾ ਕਰੇ ਉਹਨਾਂ ਦੇ ਹੀ ਅਕੂਪੇਸ਼ਨ ਨੂੰ ਨਾ ਜਾਣੇ ਤਾਂ ਇਸ ਨੂੰ ਅੰਧ ਸ਼ਰਦਾ ਕਿਹਾ ਜਾਏਗਾ ਨਾ ਇੱਥੇ ਵੀ 바ਵਾ ਕਹਿੰਦੇ ਹੈ ਪਰ ਪੂਰਾ ਪ੍ਰਿਛੇ ਨਹੀਂ ਹੈ ਮਾਤ ਪਿਤਾ ਨੂੰ ਜਾਣਦੇ ਨਹੀਂ ਲక్ష్ਮੀ ਨਾਰਾਇਣ ਦੇ ਪੁਜਾਰੀ ਪੂਜਾ ਕਰਦੇ ਹੈ ਸ਼ਿਵ ਦੇ ਮੰਦਿਰ ਵਿੱਚ ਜਾ ਕੇ ਮਹਿਮਾ ਕਰਦੇ ਹੈ ਗੌਂਦੇ ਵੀ ਹੈ ਤੋਂ ਮਾਤ ਪਿਤਾ ਹਮ ਬਾਲਕ ਤੇਰੇ ਪਰ ਉਹ ਕਿਵੇਂ ਮਾਤ ਪਿਤਾ ਹੈ ਕਦੋਂ ਬਣੇ ਹੈ ਤਾਂ ਕੁਝ ਵੀ ਨਹੀਂ ਜਾਣਦੇ ਭਾਰਤवासी ਹੀ ਬਿਲਕੁਲ ਨਹੀਂ ਜਾਣਦੇ 크੍ਰਿਸਚਨ ਬੋਧੇ ਆਦੀ ਆਪਣੇ ਕ੍ਰਾਈਸਟ ਨੂੰ ਬੁੱਧ ਨੂੰ ਯਾਦ ਕਰਦੇ ਹੈ ਝਟ ਉਹਨਾਂ ਦੀ ਵਾਇਗ੍ਰਾਫੀ ਨੂੰ ਦੱਸਣਗੇ ਕ੍ਰਾਈਸਟ ਫੁਲਾਨੇ ਸਮੇਂ ਤੇ 크੍ਰਿਸਚਨ ਧਰਮ ਦੀ ਸਥਾਪਨਾ ਕਰਨ ਆਇਆ ਸੀ ਭਾਰਤ ਵਾਸੀ ਕਿਸੇ ਨੂੰ ਵੀ ਪੂਜਦੇ ਹੈ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਕੌਣ ਹੈ ਨਾਮ ਸ਼ਿਵ ਨੂੰ ਨਾ ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਨਾ ਜਗਤੰਭਾ ਜਗਤ ਪਿਤਾ ਨੂੰ ਨਾ ਲਕਸ਼ਮੀ ਨਾਰਾਇਣ ਨੂੰ ਜਾਣਦੇ ਸਿਰਫ ਪੂਜਾ ਕਰਦੇ ਰਹਿੰਦੇ ਹੈ ਉਹਨਾਂ ਦੀ ਬਾਇਓਗ੍ਰਾਫੀ ਕੀ ਹੈ ਕੁਝ ਵੀ ਨਹੀਂ ਜਾਣਦੇ ਬਾਪ ਆਤਮਾ ਨੂੰ ਬੈਟ ਸਮਝਾਂਦੇ ਹੈ ਤੁਸੀਂ ਜਦੋਂ ਸਵਰਗ ਵਿੱਚ ਸੀ ਤਾਂ ਤੁਹਾਡੀ ਆਤਮਾ ਤੇ ਸ਼ਰੀਰ ਦੋਵੇਂ ਪਵਿੱਤਰ ਸੀ ਤੁਸੀਂ ਰਾਜ ਕਰਦੇ ਸੀ ਤੁਸੀਂ ਜਾਣਦੇ ਹੋ ਬਰੋਬਰ ਅਸੀਂ ਰਾਜ ਕਰਦੇ ਸੀ ਅਸੀਂ ਪੁਨਰ ਜਨਮ ਲਿੱਤੇ 84 ਜਨਮ ਤੋਂ ਉਦੇ ਭਉਦੇ ਬਾਦਸ਼ਾਹੀ ਗਵਾ ਦਿੱਤੀ ਗੋਰੇ ਤੋਂ ਕਾਲੇ ਬਣ ਗਏ ਹਾਂ ਸੁੰਦਰ ਸੀ ਹੁ ਸ਼ਾਂ ਬਣ ਗਏ ਹਾਂ ਅੱਜ ਕੱਲ ਨਾਰਾਇਣ ਨੂੰ ਵੀ ਸਾਵਰਾ ਦਿਖਾਉਂਦੇ ਹਨ ਤਾਂ ਸਿੱਧ ਹੁੰਦਾ ਹੈ ਉਹ ਹੀ ਸ਼੍ਰੀ ਕ੍ਰਿਸ਼ਨ ਸ਼੍ਰੀ ਨਾਰਾਇਣ ਸੀ ਪਰ ਇਹਨਾਂ ਗੱਲਾਂ ਨੂੰ ਬਿਲਕੁਲ ਸਮਝਦੇ ਨਹੀਂ ਜਾਦਵ ਹੈ ਮੁਸਲ ਇਨਵੈਂਟ ਕਰਨ ਵਾਲੇ ਅਤੇ ਕੌਰਵ ਪਾਂਡਵ ਭਰਾ ਭਰਾ ਹੈ ਉਹ ਆਸੂਰੀ ਭਰਾ ਅਤੇ ਇਹ ਦੇਵੀ ਭਰਾ ਹੈ ਇਹ ਵੀ ਆਸੂਰੀ ਹੈ ਇਹਨਾਂ ਨੂੰ ਬਾਪ ਨੇ ਉੱਚ ਬਣਾ ਕੇ ਦੇਵੀ ਭਰਾ ਬਣਾਇਆ ਹੈ ਦੋਵੇਂ ਭਰਾਵਾਂ ਦਾ ਕੀ ਹੋਇਆ ਬਰੋਬਰ ਪਾਂਡਵਾਂ ਦੀ ਜਿੱਤ ਹੋਈ ਕੌਰਵ ਵਿਨਾਸ਼ ਹੋ ਗਏ ਇੱਥੇ ਬੈਠੇ ਹੋਏ ਵੀ ਭਾਵੇਂ ਮम्मा-ਵਾਵਾ ਕਹਿੰਦੇ ਹੈ ਪਰ ਜਾਣਦੇ ਨਹੀਂ ਹੈ ਬਾਪ ਦੀ ਸ਼੍ਰੀਮਤ ਤੇ ਨਹੀਂ ਚਲਦੇ ਹੈ ਜਾਣਦੇ ਨਹੀਂ ਹੈ ਕਿ 바ਵਾ ਸਾਨੂੰ ਰਾਜੋਗ ਸਿਖਾ ਰਹੇ ਹੈ ਨਿਸ਼ਚੈ ਨਹੀਂ ਰਹਿੰਦਾ ਦੇ ಅಭಿಮಾನ ਹੋਣ ਕਾਰਨ ਦੇ ਦੇ ਮਿੱਤਰ ਸਬੰਧੀਆਂ ਆਦੀ ਨੂੰ ਯਾਦ ਕਰਦੇ ਹੈ ਇੱਥੇ ਤਾਂ ਦੇ ਹੀ ਬਾਪ ਨੂੰ ਯਾਦ ਕਰਨਾ ਹੈ ਇਹ ਨਵੀਂ ਗੱਲ ਹੋ ਗਈ ਮਨੁੱਖ ਕੋਈ ਸਮਝਾ ਨਾ ਸਕੇ ਇੱਥੇ ਮਾਤ ਪਿਤਾ ਦੇ ਕੋਲ ਬੈਠੇ ਹੋਏ ਵੀ ਉਹਨਾਂ ਨੂੰ ਜਾਣਦੇ ਨਹੀਂ ਇਹ ਪਾਂਡਵ ਹੈ ਨਾ ਜਨਮ ਵੀ ਇੱਥੇ ਹੋਇਆ ਫਿਰ ਵੀ ਜਾਣਦੇ ਨਹੀਂ ਹੈ ਕਿ ਨਿਰਾਕਾਰ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੇ ਉਸ ਦੀ ਮੱਤ ਤੇ ਨਹੀਂ ਚੱਲਦੇ ਤਾਂ ਫਿਰ ਅਚਰਿਆਮਤ ਭਗੰਤੀ ਹੋ ਜਾਂਦੇ ਹੈ ਜਿਸ ਤੋਂ ਸਵਰਗ ਦਾ 21 ਜਨਮਾਂ ਦਾ ਵਰਸਾ ਮਿਲਦਾ ਹੈ ਉਹਨਾਂ ਨੂੰ ਨਹੀਂ ਜਾਣਨਾ ਨਾਲ ਭੱਜ ਜਾਂਦੇ ਹੈ ਜੋ ਬਾਪ ਨੂੰ ਜਾਣਦੇ ਹੈ ਉਹਨਾਂ ਨੂੰ ਬਖਤਾਵਰ ਕਿਹਾ ਜਾਂਦਾ ਹੈ ਦੁੱਖਾਂ ਤੋਂ ਲਿਬ੍ਰੇਟ ਕਰਨ ਵਾਲਾ ਤਾਂ ਇੱਕ ਹੀ ਬਾਪ ਹੈ ਦੁਨੀਆ ਵਿੱਚ ਦੁੱਖ ਤੇ ਬਹੁਤ ਹੈ ਨਾ ਇਹ ਹੈ ਹੀ ਭ੍ਰਸ਼ਟਾਚਾਰੀ ਰਾਜ ਡਰਾਮੇ ਅਨੁਸਾਰ ਫਿਰ ਵੀ 5000 ਬਰੇ ਬਾਅਦ ਇਵੇਂ ਹੀ ਭ੍ਰਸ਼ਟਾਚਾਰੀ ਸ੍ਰਿਸ਼ਟੀ ਹੋਵੇਗੀ ਫਿਰ ਬਾਪਾ ਕੇ ਸਤਜੁਗੀ ਸ੍ਰਿਸ਼ਟਾਚਾਰੀ ਸਵਰਾਜ ਸਥਾਪਨ ਕਰਨਗੇ ਤੁਸੀਂ ਮਨੁੱਖ ਤੋਂ ਦੇਵਤਾ ਬਣਨ ਆਏ ਹੋ ਇਹ ਹੈ ਮਨੁੱਖਾਂ ਦੀ ਦੁਨੀਆ ਦੇਵਤਾ ਦੀ ਦੁਨੀਆ ਸਤਜੁਗ ਵਿੱਚ ਹੁੰਦੀ ਹੈ ਇੱਥੇ ਹੈ ਪਾਤੇ ਤ ਮਨੁੱਖ ਪਾਵਨ ਦੇਵਤਾ ਸਤਜੁਗ ਵਿੱਚ ਹੁੰਦੇ ਹੈ ਇਹ ਤੁਹਾਨੂੰ ਇਹ ਸਮਝਾਇਆ ਜਾਂਦਾ ਹੈ ਜੋ ਤੁਸੀਂ ਬ੍ਰਾਹਮਣ ਬਣੇ ਹੋ ਜੋ ਬ੍ਰਾਹਮਣ ਬਣ ਦੇ ਜਾਣਗੇ ਉਹਨਾਂ ਨੂੰ ਸਮਝਾਉਂਦੇ ਜਾਣਗੇ ਸព ਦਾ ਬ੍ਰਾਹਮਣ ਨਹੀਂ ਬਣਨਗੇ ਜੋ ਬ੍ਰਾਹਮਣ ਬਣਦੇ ਹੈ ਉਹ ਫਿਰ ਦੇਵਤਾ ਬਣਨਗੇ ਬ੍ਰਾਹਮਣ ਨਾ ਬਣਿਆ ਤਾਂ ਦੇਵਤਾ ਬਣ ਨਾ ਸਕੇ بابا ਮम्मा ਕਿਹਾ ਤਾਂ ਬ੍ਰਾਹਮਣ ਕੁੱਲ ਵਿੱਚ ਆਇਆ ਫਿਰ ਹੈ ਸਾਰਾ ਪੜ੍ਹਾਈ ਤੇ ਪੁਰਸ਼ਾਰਥ ਦਾ ਮਾਦਾਰ ਇਹ ਕਿੰਗਡਮ ਸਥਾਪਨ ਹੋ ਰਹੀ ਹੈ ਅਤੇ ਇਬਰਾਹਿਮ ਬੁੱਧ ਆਦਿ ਕੋਈ ਕਿੰਗਡਮ ਸਥਾਪਨ ਨਹੀਂ ਕਰਦੇ ਹੈ ਕ੍ਰਾਈਸਟ ਇਕੱਲਾ ਆਇਆ ਕਿਸੇ ਵਿੱਚ ਪ੍ਰਵੇਸ਼ ਕਰ 크ਿਸਚਨ ਧਰਮ ਸਥਾਪਨ ਕੀਤਾ ਫਿਰ ਜੋ 크ਿਸਚਨ ਧਰਮ ਦੀ ਆਤਮਾਵਾਂ ਉੱਪਰ ਵਿੱਚ ਹੈ ਉਹ ਆਉਂਦੀ ਰਹਿੰਦੀਆਂ ਹੈ ਹੁਣ ਸਭ 크ਿਸਚਨ ਦੀਆਂ ਆਤਮਾਵਾਂ ਇੱਥੇ ਹੈ ਹੁਣ ਅੰਤ ਵਿੱਚ ਸਭ ਨੂੰ ਵਾਪਸ ਜਾਣਾ ਹੈ ਬਾਪ ਸਭ ਦਾ ਗਾਈਡ ਵਾਟਸਪ ਨੂੰ ਦੁੱਖਾਂ ਤੋਂ ਲਿਬਰੇਟ ਕਰਦੇ ਹੈ ਬਾਪ ਹੈ ਸਾਰੀ ਹਿਊਮਨਿਟੀ ਦਾ ਲਿਵਰੇਟਰ ਅਤੇ ਗਾਈਡ ਸਭ ਆਤਮਾ ਨੂੰ ਵਾਪਸ ਲੈ ਜਾਣਗੇ ਆਤਮਾ ਪਾਦਿਤ ਹੋਣ ਦੇ ਕਾਰਨ ਵਾਪਸ ਜਾ ਨਹੀਂ ਸਕਦੀਆਂ ਨਿਰਾਕਾਰੀ ਦੁਨੀਆ ਤਾਂ ਪਾਵਨ ਹੈ ਨਾ ਹੁਣ ਇਹ ਸਾਕਾਰੀ ਸ੍ਰਿਸ਼ਟੀ ਪਾਤਿਤ ਹੈ ਹੁਣ ਇਹਨਾਂ ਸਭ ਨੂੰ ਪਾਵਨ ਕੌਣ ਬਣਾਵੇ ਜੋ ਨਿਰਾਕਾਰੀ ਦੁਨੀਆ ਵਿੱਚ ਜਾ ਸਕਣ ਇਸ ਲਈ ਬੁਲਾਉਂਦੇ ਹੈ ਉਹ ਗॉडफादर ਗॉडफादर ਆ ਕੇ ਦੱਸਦੇ ਹੈ ਮੈਂ ਇੱਕ ਹੀ ਵਾਰ ਆਉਂਦਾ ਹਾਂ ਜਦੋਂ ਸਾਰੀ ਦੁਨੀਆ ਭ੍ਰਸ਼ਟਾਚਾਰੀ ਬਣ ਜਾਂਦੀ ਹੈ ਕਿੰਨੀਆਂ ਗੋਲੀਆਂ ਬਾਰੂਦ ਆਦਿ ਬਣਾਉਂਦੇ ਰਹਿੰਦੇ ਹੈ ਇੱਕ ਦੂਜੇ ਨੂੰ ਮਾਰਨ ਦੇ ਲਈ ਇੱਕ ਤਾਂ ਬੰਬਸ ਬਣਾ ਰਹੇ ਹੈ ਦੂਸਰੇ ਫਿਰ ਨੇਚਰਲ ਕਲਾਈਮੇਟ ਇਸ ਫਲਡਸ ਅਰਥ ਕਵੇਕ ਆਦੀ ਹੋਵੇਗੀ ਬਿਜਲੀ ਚਮਕੇਗੀ ਬਿਮਾਰ ਪੈ ਜਾਣਗੇ ਕਿਉਂਕਿ ਖਾਦ ਤਾਂ ਬਣਨੀ ਹੈ ਨਾ ਗੰਧ ਦੀ ਹੀ ਇਹੀ ਖਾਦ ਬਣਦੀ ਹੈ ਨਾ ਤਾਂ ਇਸ ਸਾਰੀ ਸ੍ਰਿਸ਼ਟੀ ਨੂੰ ਖਾਦ ਚਾਹੀਦੀ ਹੈ ਜੋ ਫਿਰ ਫਰਸਟ ਕਲਾਸ ਉਤਪਤੀ ਹੋਵੇ ਸਤਜੁਗ ਵਿੱਚ ਸਿਰ ਭਾਰਤ ਹੀ ਸੀ ਹੁਣ ਐਨੇ ਸਬਦਾ ਵਿਨਾਸ਼ ਹੋਣਾ ਹੈ ਬਾਬ ਕਹਿੰਦੇ ਹੈ ਮੈਂ ਆਕੇ ਦੇਵੀ ਰਾਸ ਜਾਨ ਇਸ ਸਭਨ ਕਰਦਾ ਹਾਂ ਹੋਰ ਸਭ ਖਤਮ ਹੋ ਜਾਣਗੇ ਬਾਕੀ ਤੁਸੀਂ ਸਵਰਗ ਵਿੱਚ ਜਾਓਗੇ ਸਵਰਗ ਨੂੰ ਤਾਂ ਸਭ ਯਾਦ ਕਰਦੇ ਹੈ ਨਾ ਪਰ ਸਵਰਗ ਕਿਹਾ ਕਿਸ ਨੂੰ ਜਾਂਦਾ ਹੈ ਇਹ ਕਿਸੇ ਨੂੰ ਪਤਾ ਨਹੀਂ ਕੋਈ ਵੀ ਮਰੇਗਾ ਤਾਂ ਕਹਿਣਗੇ ਸਰਗਵਾਸੀ ਹੋਇਆ ਹਰੇ ਕਲਯੁਗ ਵਿੱਚ ਜੋ ਮਰਨਗੇ ਤਾਂ ਜ਼ਰੂਰ ਪੁਨਰ ਜਨਮ ਕਲਯੁਗ ਵਿੱਚ ਹੀ ਲੈਣਗੇ ਨਾ ਇੰਨਾ ਵੀ ਅਕਲ ਕਿਸੇ ਵਿੱਚ ਨਹੀਂ ਹੈ ਡਾਕਟਰ ਆਫ ਫਲਸਫੀ ਆਦਿ ਨਾਮ ਰੱਖਤੇ ਹੈ ਸਮਝਦੇ ਕੁਝ ਨਹੀਂ ਮਨੁੱਖ ਮੰਦਰ ਵਿੱਚ ਰਹਿਣ ਵਾਲੇ ਹੈ ਉਹ ਹੈ ਸ਼ਿਰਸਾਗਰ ਇਹ ਹੈ ਵਿਸ਼ਾਸਾਗਰ ਇਹ ਸਭ ਗੱਲਾਂ ਬਾਪ ਹੀ ਸਮਝਾਉਂਦੇ ਹੈ ਪੜਾਉਣਗੇ ਤਾਂ ਮਨੁੱਖਾਂ ਨੂੰ ਜਾਨਵਰਾਂ ਦੇ ਨਹੀਂ ਪੜਨਗੇ ਬਾਪ ਸਮਝਾਉਂਦੇ ਹੈ ਇਹ ਡਰਾਮਾ ਬਣਿਆ ਹੋਇਆ ਹੈ ਜਿਵੇਂ ਸਹੋਕਰ ਮਨੁੱਖ ਉਮੀਦਾ ਫਰਨੀਚਰ ਹੋਵੇਗਾ ਗਰੀਬ ਦੇ ਕੋਲ ਠਿੱਕਰ ਠੋਬਰ ਹੋਵੇਗਾ ਸਹੂ ਦੇ ਘਰ ਦੇ ਕੋਲ ਤਾਂ ਇੰਨਾ ਬਹਿਵ ਹੋਣਗੇ ਤੁਸੀਂ ਸਤਜੁਗ ਵਿੱਚ ਸਹੂਕਰ ਬੰਤੇ ਹੋ ਤਾਂ ਤੁਹਾਡੇ ਹੀਰੇ ਜਵਾਰਾਤਾਂ ਦੇ ਮਹਿਲ ਹੁੰਦੇ ਹੈ ਉੱਥੇ ਤੇ ਕੋਈ ਗੰਦਕੀ ਆਦੀ ਨਹੀਂ ਹੁੰਦੀ ਬਾਸ ਨਹੀਂ ਹੁੰਦੀ ਇੱਥੇ ਤਾਂ ਬਾਸ ਹੁੰਦੀ ਹੈ ਇਸ ਲਈ ਅਰਗਵਤੀ ਆਦੀ ਜਗਾਈ ਜਾਂਦੀ ਹੈ ਉੱਥੇ ਤਾਂ ਫੁੱਲਾਂ ਆਦੀ ਵਿੱਚ ਨੇਚਰਲ ਖੁਸ਼ਬੂ ਹੁੰਦੀ ਹੈ ਅਰਗਵਤੀ ਜਲਾਉਣ ਦੀ ਲੋੜ ਨਹੀਂ ਪੈਂਦੀ ਉਨਾ ਨੂੰ ਹੈਵਨ ਕਿਹਾ ਜਾਂਦਾ ਹੈ ਬਾਪ ਹੈਵਨ ਦਾ مالک ਬਣਾਉਣ ਦੇ ਲਈ ਪੜਾਉਂਦੇ ਹੈ ਦੇਖੋ ਕਿਵੇਂ ਸਧਾਰਨ ਹੈ ਇਵੇਂ ਬਾਪ ਯਾਦ ਕਰਨਾਂ ਵੀ ਭੁੱਲ ਜਾਂਦੇ ਹੈ ਨਿਸ਼ਚੈ ਪੂਰਾ ਨਹੀਂ ਤਾਂ ਭੁੱਲ ਜਾਂਦੇ ਹੈ ਜਿਵੇਂ ਜਿਸ ਕੋਲੋਂ ਵਰਸਾ ਮਿਲਦਾ ਹੈ ਅਜਿਹੀ ਮਾਤ ਪਿਤਾ ਨੂੰ ਭੁੱਲ ਜਾਣਾ ਕਿਵੇਂ ਦੀ ਬਦਕਿਸਮਤੀ ਹੈ ਬਾਪਾ ਕੇ ਤੋ ਉੱਚ ਬਣਾਉਂਦੇ ਹੈ ਅਜਿਹੇ ਮਾਤ ਪਿਤਾ ਦੀ ਮਤ ਤੇ ਨਾ ਚੱਲੋ ਤਾਂ 100% ਮੋਸਟ ਅਨਲਕੀ ਕਹਾਂਗੇ ਨੰਬਰ ਵਾਰਤਾ ਹੁੰਦੇ ਹੈ ਨਾ ਕਿੱਥੇ ਪੜ੍ਹਾਈ ਨਾਲ ਵਿਸ਼ਵ ਦੇ ਮਾਲਿਕ ਬਣਨਾ ਕਿੱਥੇ ਨੌਕਰ ਚੱਕਰ ਬਣਨਾ ਤੁਸੀਂ ਸਮਝ ਸਕਦੇ ਹੋ ਅਸੀਂ ਕਿੱਥੋਂ ਤੱਕ ਪੜਦੇ ਹਾਂ ਉੱਥੇ ਸਿਰਫ ਧਰਮ ਪਿਤਾਵਾ ਆਉਂਦੇ ਹੈ ਧਰਮ ਸਥਾਪਨ ਕਰਨਾ ਇੱਥੇ ਮਾਤ ਪਿਤਾ ਹੈ ਕਿਉਂਕਿ ਪਰਵਿੱਤੀ ਮਾਰਗ ਹੈ ਨਾ ਪਵਿੱਤਰ ਪਰਵਿੱਤੀ ਮਾਰਗ ਸੀ ਉਹ ਹੈ ਅਪਵਿੱਤਰ ਪਰਵਿੱਤੀ ਮਾਰਗ ਲక్ష్ਮੀ ਨਾਰਾਇਣ ਪਵਿੱਤਰ ਸੀ ਤਾਂ ਉਹਨਾਂ ਦੀ ਸੰਤਾਨ ਵੀ ਪਵਿੱਤਰ ਸੀ ਤੁਸੀਂ ਜਾਣਦੇ ਹੋ ਅਸੀਂ ਕੀ ਬਣਾਂਗੇ ਮਾਤ ਪਿਤਾ ਕਿੰਨਾ ਉੱਚਾ ਬਣਾਉਂਦੇ ਹੈ ਤਾਂ ਫਾਲੋ ਕਰਨਾ ਚਾਹੀਦਾ ਹੈ ਨਾ ਭਾਰਤ ਨੂੰ ਹੀ ਮਦਰ ਫਾਦਰ ਕੰਟਰੀ ਕਿਹਾ ਜਾਂਦਾ ਹੈ ਸਤਜੁਗ ਵਿੱਚ ਸਭ ਪਵਿੱਤਰ ਹੈ ਇੱਥੇ ਪਾਤਿਤ ਹੈ ਕਿੰਨਾ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ ਪਰੰਤੂ ਬਾਪ ਨੂੰ ਯਾਦ ਨਹੀਂ ਕਰਦੇ ਤਾਂ ਬੁੱਧੀ ਦਾ ਤਾਲਾ ਬੰਦ ਹੋ ਜਾਂਦਾ ਹੈ ਕਿੰਨੀ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ ਪਰੰਤੂ ਤਾਲਾ ਇੱਕਦਮ ਬੰਦ ਹੋ ਜਾਂਦਾ ਹੈ ਸਕੂਲ ਵਿੱਚ ਵੀ ਨੰਬਰ ਵਾਰ ਹੈ ਪੱਥਰ ਬੁੱਧੀ ਅਤੇ ਪਰਸ ਬੁੱਧੀ ਕਿਹਾ ਜਾਂਦਾ ਹੈ ਪੱਥਰ ਬੁੱਧੀ ਕੁਝ ਵੀ ਸਮਝਦੇ ਨਹੀਂ ਸਾਰੇ ਦਿਨ ਵਿੱਚ 5 ਮਿੰਟ ਵੀ ਬਾਪ ਨੂੰ ਯਾਦ ਨਹੀਂ ਕਰਦੇ 5 ਮਿੰਟ ਯਾਦ ਕਰਨਗੇ ਤਾਂ ਇਹ ਤਾਲਾ ਖੁੱਲੇਗਾ ਜ्यादातर ਯਾਦ ਕਰੋਗੇ ਤਾਂ ਚੰਗੀ ਤਰ੍ਹਾਂ ਤਲਾ ਖੁੱਲ ਜਾਏਗਾ ਸਾਰਾ ਮਦਾਰ ਯਾਦ ਤੇ ਹੈ ਕਿ ਕਿ ਬੱਚੇ 바ਵਾ ਨੂੰ ਪੱਤਰ ਲਿਖਦੇ ਹੈ ਪ੍ਰੀਏ 바ਵਾ ਅਤੇ ਪ੍ਰੀਏ ਦਾਦਾ ਹੁਣ ਸਿਰਫ ਪ੍ਰੀਏ ਦਾਦਾ ਪੋਸਟ ਵਿੱਚ ਚਿੱਠੀ ਪਾਓ ਤਾਂ ਮਿਲੇਗੀ ਨਾਮ ਤਾਂ ਚਾਹੀਦਾ ਹੈ ਨਾ ਦਾਦਾ ਦਾਦੀਆਂ ਤਾਂ ਦੁਨੀਆ ਵਿੱਚ ਬਹੁਤ ਹੈ ਅੱਛਾ ਅੱਜ ਦੀਵਾਲੀ ਹੈ ਦੀਵਾਲੀ ਦੇ ਨਮਾ ਖਾਤਾ ਰੱਖਦੇ ਹੈ ਤੁਸੀਂ ਬੱਚੇ ਸੱਚੇ ਸੱਚੇ ਬ੍ਰਾਹਮਣ ਹੈ ਹੁਣ ਬ੍ਰਾਹਮਣ ਲੋਕ ਵਪਾਰੀਆਂ ਨੂੰ ਨਮਾ ਖਾਤਾ ਰਖਵਾਉਂਦੇ ਹੈ ਤੁਹਾਨੂੰ ਵੀ ਆਪਣਾ ਨਮਾ ਖਾਤਾ ਰਖਾਣਾ ਹੈ ਪਰੰਤੂ ਇਹ ਹੈ ਨਵੀਂ ਦੁਨੀਆ ਦੇ ਲਈ ਭਗਤੀ ਮਾਰਗ ਦਾ ਖਾਤਾ ਹੈ ਬੇहद ਕਾਟੇ ਦਾ ਤੁਸੀਂ ਬੇहद ਦਾ ਵਰਸਾ ਪਾਉਂਦੇ ਹੈ ਬੇहद ਦੀ ਸੁਖ ਸ਼ਾਂਤੀ ਪਾਉਂਦੇ ਹੈ ਇਹ ਬੇहद ਦੀਆਂ ਗੱਲਾਂ ਬੇहद ਦਾ ਬਾਪ ਬੈਠ ਸਮਝਾਉਂਦੇ ਹੈ ਅਤੇ ਬੇहद ਦਾ ਸੁਖ ਪਾਉਣ ਵਾਲੇ ਬੱਚੇ ਹੀ ਇਹ ਸਭ ਸਮਝ ਸਕਦੇ ਹੈ ਬਾਪ ਦੇ ਕੋਲ ਕਰੋੜਾਂ ਵਿੱਚ ਕੋਈ ਹੀ ਆਉਂਦੇ ਹੈ ਚਲਦੇ ਚਲਦੇ ਕਮਾਈ ਵਿੱਚ ਘਾਟਾ ਪੈਂਦਾ ਹੈ ਤਾਂ ਜੋ ਜਮਾ ਕੀਤਾ ਹੈ ਉਹ ਵੀ ਨਾ ਹੋ ਜਾਂਦੀ ਹੈ ਤੁਹਾਡਾ ਖਾਤਾ ਬਾਧੇ ਨੂੰ ਉਦੋਂ ਪਾਉਂਦਾ ਹੈ ਜਦੋਂ ਕਿਸੇ ਨੂੰ ਦਾਨ ਦਿੰਦੇ ਹੈ ਦਾਨ ਨਹੀਂ ਦਿੰਦੇ ਤਾਂ ਆਮਦਨੀ ਵਿੱਚ ਵਿਰਧੀ ਨਹੀਂ ਹੁੰਦੀ ਹੈ ਤੁਸੀਂ ਪ੍ਰਸ਼ਾਤ ਕਰਦੇ ਹੋ ਆਮਦਨੀ ਦੀ ਵਿਰਧੀ ਹੋਵੇ ਉਹ ਉਦੋਂ ਹੋਵੇਗਾ ਜਦੋਂ ਕਿਸੇ ਨੂੰ ਦਾਨ ਕਰੋਗੇ ਫਾਇਦਾ ਪ੍ਰਾਪਤ ਕਰਾਓਗੇ ਫਾਇਦਾ ਪ੍ਰਾਪਤ ਕਰਾਓਗੇ ਕਿਸੇ ਨੂੰ ਬਾਪ ਦਾ ਪਰਿਚੈ ਦਿੱਤਾ گویا ਜਮਾ ਹੋਇਆ ਪਰਿਚੈ ਨਹੀਂ ਦਿੰਦੇ ਹੋ ਤਾਂ ਜਮਾ ਵੀ ਨਹੀਂ ਹੁੰਦਾ ਤੁਹਾਡੀ ਕਮਾਈ ਬਹੁਤ ਬਹੁਤ ਵੱਡੀ ਹੈ ਮੁਰਲੀ ਨਾਲ ਤੁਹਾਡੀ ਕਮਾਈ ਵੱਡੀ ਕਮਾਈ ਹੁੰਦੀ ਹੈ ਸਿਰਫ ਇਹ ਪਤਾ ਪੈ ਜਾਵੇ ਕਿ ਮੁਰਲੀ ਕਿਸ ਦੀ ਹੈ ਇਹ ਵੀ ਤੁਸੀਂ ਬੱਚੇ ਜਾਣਦੇ ਹੋ ਜੋ ਸਾਵਰੇ ਬਣ ਗਏ ਹੈ ਉਹਨਾਂ ਨੂੰ ਹੀ ਗੋਰਾ ਬਣਾਉਣ ਦੇ ਲਈ ਮੁਰਲੀ ਸੁਣਨੇ ਹੈ ਮੁਰਲੀ ਤੇਰੀ ਵਿੱਚ ਹੈ ਜਾਦੂ ਖੁਦਾਈ ਜਾਦੂ ਕਹਿੰਦੇ ਹੈ ਨਾ ਤਾਂ ਇਹ ਇਸ ਮੁਰਲੀ ਵਿੱਚ ਖੁਦਾਈ ਜਾਦੂ ਹੈ ਇਹ ਗਿਆਨ ਵੀ ਤੁਹਾਨੂੰ ਹੁਣ ਹੀ ਹੈ ਦੇਵਤਾ ਵਿੱਚ ਇਹ ਗਿਆਨ ਨਹੀਂ ਹੈ ਜਦੋਂ ਉਹਨਾਂ ਵਿੱਚ ਵੀ ਗਿਆਨ ਨਹੀਂ ਸੀ ਤਾਂ ਪਛੜੀ ਬਾਲਿਆਂ ਵਿੱਚ ਗਿਆਨ ਕਿਵੇਂ ਹੋ ਸਕਦਾ ਹੈ ਸ਼ਾਸਤਰ ਆਦੇ ਵੀ ਜੋ ਬਾਅਦ ਵਿੱਚ ਬਣਦੇ ਹੈ ਉਹ ਖਤਮ ਹੋ ਜਾਣਗੇ ਤੁਹਾਡੀ ਇਹ ਸੱਚੀ ਗੀਤਾਵਾਂ ਤਾਂ ਬਹੁਤ ਥੋੜੀ ਹੈ ਦੁਨੀਆ ਵਿੱਚ ਤਾਂ ਉਹ ਗੀਤਾ ਮਾਂ ਲੱਖਾਂ ਦੀ ਅੰਦਾਜ਼ੇ ਵਿੱਚ ਹੋਣਗੀਆਂ ਅਸਲ ਵਿੱਚ ਇਹ ਚਿੱਤਰ ਹੀ ਸੱਚੇ ਗੀਤਾ ਹੈ ਉਸ ਗੀਤਾ ਵਿੱਚ ਇਹਨਾਂ ਇੰਨਾ ਨਹੀਂ ਸਮਝ ਸਕਣਗੇ ਜਿੰਨਾ ਇਹਨਾਂ ਚਿੱਤਰਾਂ ਨਾਲ ਸਮਝ ਸਕਣਗੇ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੋਹਨੀ ਬਾਪ ਦੀ ਰੋਹਨੀ ਬੱਚਿਆਂ ਨੂੰ ਨਮਸਤੇ ਧਾਰਨਾ ਲਈ ਮੁੱਖ ਆਸਾਰ ਨੰਬਰ 1 ਪਰ ਚੰਗੀ ਤਰ੍ਹਾਂ ਪੜ ਕੇ ਖੁਦ ਨੂੰ ਬਖਤਾਵਰ ਮਾਣਾ ਤਕਦੀਰਵਾਨ ਬਣਾਉਣਾ ਹੈ ਦੇਵਤਾ ਬਣਨ ਦੇ ਲਈ ਪੱਕਾ ਬ੍ਰਾਹਮਣ ਬਣਨਾ ਹੈ ਨੰਬਰ ਦੂਸਰਾ ਦੇਹੀ ਬਾਪ ਨੂੰ ਯਾਦ ਕਰਨ ਦੇ ਲਈ ਦੇਹੀ ਅਭਿਮਾਨੀ ਬਣਨਾ ਹੈ ਦੇਨ ਨੂੰ ਵੀ ਭੁੱਲਣਾ ਅਤੇ ਅਭਿਆਸ ਕਰਨਾ ਹੈ ਵਰਦਾਨ ਹੈ ਅਜ ਦਾ ਸਦਾ ਆਪਣੇ ਨੂੰ ਸਾਰਥੀ ਅਤੇ ਸਾਕਸ਼ੀ ਸਮਝ ਦੇਪਾਂ ਤੋਂ ਨਿਆਰੇ ਰਹਿਣ ਵਾਲੇ ਜੋਗਜੁਗਤ ਭਵ ਸਦਾ ਆਪਣੇਨੁਸਾਰthi ਅਤੇ ਸਖਸ਼ੀ ਸਮਝ ਦੇ ਭਾਂਤੋਂ ਨਿਆਰੇ ਰਹਿਣ ਵਾਲੇ ਜੋਗਜੁਗਤ ਭਵੋ ਆਜ 바ਵਾ ਆਖਦੇ ਨੇ ਜੋਗਜੁਗਤ ਰਹਿਣਾ ਦੀ ਸਰਲ ਵਿਧੀ ਹੈ ਸਦਾ ਆਪਣੇਨੁਸਾਰthi ਅਤੇ ਸਖਸ਼ੀ ਸਮਝ ਕੇ ਚੱਲਣਾ ਇਸ ਰਥ ਨੂੰ ਚਲਾਣ ਵਾਲੀ ਮੈਂ ਆਤਮਾ ਸਾਰਥੀ ਹਾਂ ਇਸ ਸ਼੍ਰੀਮਤ ਖੁਦ ਇਸ ਰਥ ਅਤੇ ਦੇਤੋ ਹੀ ਵੀ ਕਿਸੇ ਵੀ ਤਰ੍ਹਾਂ ਦੇ ਦੇ ਭਾਂਤੋਂ ਨਿਆਰਾ ਬਣਾ ਦਿੰਦੀ ਹੈ ਦੇਭਾਨ ਨਹੀਂ ਤਾਂ ਸਹਿਜ ਜੋਗਜੁਗਤ ਬਣ ਜਾਂਦੇ ਅਤੇ ਹਰ ਕਰਮ ਵੀ ਜੁਗਤੀ ਜੁਗਤ ਹੁੰਦਾ ਹੈ ਖੁਦ ਨੂੰ ਸਾਰਥੀ ਸਮਝਣ ਨਾਲ ਸর্ব ਕਰਮੇਂਦਰੀਆਂ ਆਪਣੇ ਕੰਟਰੋਲ ਵਿੱਚ ਰਹਿੰਦੀਆਂ ਹਨ ਉਹ ਕਿਸੇ ਵੀ ਕਰਮੇਂਦਰੀਆਂ ਦੇ ਵਸ਼ ਨਹੀਂ ਹੋ ਸਕਦਾ ਸਲੋਗ ਰਚ ਦਾ ਵਿਜੈ ਆਤਮਾ ਬਣਨਾ ਹੈ ਤਾਂ ਅਟੈਂਸ਼ਨ ਅਤੇ ਅਭਿਆਸ ਇਸ ਨੂੰ ਈਜ਼ੀ ਸੰਸਕਾਰ ਬਣਾ ਲਵੋ ਵਿਜੇਈ ਆਤਮਾ ਬਣਨਾ ਹੈ ਤਾਂ ਅਟੈਂਸ਼ਨ ਅਤੇ ਅਭਿਆਸ ਇਸ ਨੂੰ ਈਜ਼ੀ ਸੰਸਕਾਰ ਬਣਾ ਲਵੋ ਅੱਛਾ ਓਮ ਸ਼ਾਂਤੀ